ਪੰਜਾਬ ਦੇ ਕਿਸਾਨ ਪਰਵਾਹ ਨੂੰ ਮੈਂ ਗੁਰਦੀਪ ਸਿੰਘ ਧਾਲੀਵਾਲ ਪੰਜਾਬ ਦੇ ਖੇਤੀਬਾੜੀ ਦੇ ਕਿਸਾਨ ਪਲਾਈ ਮੰਤਰੀ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਕਿ ਅਸੀਂ ਜਿਹੜਾ ਅੱਜ ਅਨਾਉਂਸ ਕੀਤਾ ਜਿਹੜਾ ਖੇਤੀਬਾੜੀ ਡਿਪਾਰਟਮੈਂਟ ਦੇ ਅਖਬਾਰਾਂ ਦੇ ਵਿੱਚ ਵਿਸ਼ਤਿਆਦ ਦਿੱਤੇ ਪੁਟਰਨ ਵੀ ਬਣਾਇਆ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ 100 ਦੀ 262 ਕੋਸ਼ਿਸ਼ ਹੈ ਕਿ ਉਹਨਾਂ ਦੇ ਸੀਜ਼ਨ ਦੇ ਵਿੱਚ ਜਦੋਂ ਝੋਨੇ ਦੀ ਕਟਾਈ ਹੋਣੀ ਹੈ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਕਪੜਾਲੀ ਨੂੰ ਨਹੀਂ ਛੜਨ ਦੇਣਾ ਤੁਹਾਨੂੰ ਪੜਾਲੀ ਦੇ ਰੱਖ ਖਾ ਲਈ ਪੜਾਲੀ ਦੇ ਬਚਾ ਲਈ ਅਸੀਂ ਜਿਹੜੇ ਵਕ ਵਕ ਜਿਹੜੇ ਮਤਲਬ ਸਾਧਨ ਜਿਹੜੇ ਉਹ ਮਹੀਆ ਕਰਾਦੇ ਵਕ ਵਕ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਆ ਉਹ ਮਹੀਆ ਕਰਾਦੇ ਉਹਦੇ ਤੇ ਸਬਸਿਡੀ ਦੇ ਦੇ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਅਗਲੇ ਦਿਨਾਂ ਵਿੱਚ ਮੈਂ ਪੰਜਾਬ ਦੀ ਖੇਤੀਬਾੜੀ ਮਹਿਕਮੇ ਦੀਆਂ ਟੀਮਾਂ ਵੀ ਤੁਹਾਡੇ ਕੋਲ ਭੇਜਾਂਗੇ ਉਹ ਤੁਸੀਂ ਵੱਧੋ ਵੱਧ ਅੱਜ ਜਿਹੜੇ ਨੰਬਰ ਅਸੀਂ ਅਖਬਾਰਾਂ ਦੇ ਵਿੱਚ ਦਿੱਤੇ ਆ ਅੱਜ ਜਿਹੜਾ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਛਪਿਆ ਉਹਨਾਂ ਨੰਬਰਾਂ ਦੇ ਉੱਤੇ ਤੇ ਪੋਰਟਰ ਤੇ ਤੁਸੀਂ ਜਾ ਕੇ ਆਪਾਂ ਅਪਲਾਈ ਕਰ ਸਕਦੇ ਹੋ ਆਪਾਂ ਸਭ ਨੇ ਪੰਰਨ ਕਰਨਾ ਕਿ ਨਾ ਤਾਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਹੁੰਦੇ ਨਾ ਨਾ ਹਰਿਆਣੇ ਦੇ ਵਿੱਚ ਹੁੰਦਣਾ ਨਾ ਆਪਾਂ ਖਾਸ ਤੌਰ ਤੇ ਦਿੱਲੀ ਦੇ ਵਿੱਚ ਨਹੀਂ ਹੋਣ ਦੇਣਾ ਕਿਉਂਕਿ ਲੋਕ ਜਿਹੜੇ ਸਾਨੂੰ ਇਹ ਗੱਲ ਕਹਿੰਦੇ ਆ ਕਿ ਪੰਜਾਬ ਚੋਂ ਝੋਨੇ ਦੀ ਪੈਦਾਵਾਰ ਦਾ ਪ੍ਰਦੂਸ਼ਣ ਆਉਂਦਾ ਉਹਨੂੰ ਆਪਾਂ ਹੱਲ ਹੀਲੇ ਡੱਕਣਾ ਉਹ ਦੇਸਪਤਾਲੀ ਨੂੰ ਜਿਹੜਾ ਆਪਣੀ ਮਸ਼ੀਨਰੀ ਦੇ ਨਾਲ ਆਪਣੀ ਧਰਤੀ ਦੇ ਵਿੱਚ ਹੀ ਜਿਹੜਾ ਉਹ ਮਰਜ਼ ਕਰਨਾ ਉਹ ਧਰਤੀ ਦੇ ਵਿੱਚ ਮਰਜ਼ ਕਰ ਲਈ ਜਿਹੜੀ ਮਸ਼ੀਨਰੀ ਚਾਹੀਦੀ ਹੈ ਜਿਹੜੇ ਤੁਹਾਨੂੰ ਸੰਦ ਚਾਹੀਦੇ ਆ ਉਹ ਪੰਜਾਬ ਦਾ ਖੇਤੀਬਾੜੀ ਮਹਿਕਮਾ ਜੋ ਕਿ ਮਾਨ ਸਾਹਿਬ ਦੀ ਸਦਾ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦੀ ਅਗਵਾਈ ਚ ਚੱਲ ਰਿਹਾ ਉਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਹੈ ਉਹ 50% ਅਸੀਂ ਸਬਸਿਡੀ ਤੇ ਦੇਣੀ ਹੈ ਸੋ ਤੁਸੀਂ ਸਾਰਿਆਂ ਨੇ ਆਪਣੇ ਸੰਦ ਜਿਹੜੇ ਆ ਜਿਹੜੇ ਵੀ ਲੈਣੇ ਆ ਸਾਡੇ ਨੂੰ ਨੂੰ ਅਪਲਾਈ ਕਰਨਾ ਤਾਂ ਜੋ ਟੈਬ ਸਿਰ ਤੁਹਾਨੂੰ ਉਸਨ ਦਿੱਤੇ ਜਾਣ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਐਕਾਪਾ ਜਿਹੜਾ ਸਾਡੇ ਖਿਲਾਫ ਰੋੜਾ ਪੈਂਦਾ ਪੰਜਾਬ ਤੇ ਪਦਾਲੀ ਦਾ ਪ੍ਰਦੂਸ਼ਣ ਜਿਹੜਾ ਜੀ ਚਾਸ਼ੂਵੇ ਤੇ ਚੱਲ ਗਿਆ ਜੀ ਪੰਜਾਬ ਚ ਵੀ ਨੁਕਸਾਨ ਹੁੰਦਾ ਐਕਸੀਡੈਂਟ ਹੁੰਦੇ ਆ ਸਾਡੀ ਜ਼ਮੀਨ ਦੇ ਵਿੱਚ ਜਿਹੜੇ ਜਿਹੜੇ ਕੀੜੇ ਮਕੌੜੇ ਸਾਡੇ ਲਈ ਸਹਾਇਕ ਸਾਡੇ ਖੇਤੀ ਲਈ ਸਹਾਇਕ ਉਹ ਵੀ ਮਾਰ ਦਿੰਦੇ ਸੋ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਐਕਾ ਇਸੇ ਨਾ ਪੜੇ ਪ੍ਰਦੂਸ਼ਣ ਨੂੰ ਹਰਿਆਣੇ ਜਾਂਦਣਾ ਨਾਈ ਦਿੱਲੀ ਚ ਜਾਣ ਦੇਣਾ ਅਸੀਂ ਆਪਣੇ ਪ੍ਰਦੂਸ਼ਨ ਨੂੰ ਜਿਹੜਾ ਪੰਜਾਬ ਚ ਕੰਟਰੋਲ ਕਰਨਾ ਤੇ ਪੰਜਾਬ ਦੇ ਵਿੱਚ ਫਸਾਲੀ ਨੂੰ ਧਰਤੀ ਦੇ ਵਿੱਚ ਮਰਜ਼ ਕਰਨਾ ਉਹਦੇ ਲਈ ਹੱਤਾਂ ਦੀ ਮਸ਼ੀਨੀ ਜਿਹੜੀ ਆ ਉਹ ਤੁਹਾਨੂੰ ਦੇਣ ਲਈ ਪੰਜਾਬ ਖੇਤੀਬਾੜੀ ਮਹਿਕਮਾ ਜਿਹੜਾ ਉਹ ਹਰ ਵੇਲੇ ਹਾਜ਼ਰ ਨਾਜ਼ਰ ਆ ਸਾਰੇ ਜਣੇ ਇਸ ਚੀਜ਼ ਦਾ ਜਿਹੜਾ ਤੁਸੀਂ ਵੱਧ ਚੜ ਕੇ ਮਤਲਬ ਫਾਇਦਾ ਲਓ ਤੁਹਾਡੇ ਫਾਇਦੇ ਲਈ ਇਹ ਜਿਹੜੀ ਸਕੀਮ ਕੱਢੀ ਆ ਪੰਜਾਬ ਦੇ ਭਲੇ ਦੀ ਇਹ ਸਕੀਮ ਕੱਢੀ ਆ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਇਹਨੂੰ ਹੀ ਪ੍ਰਦੂਸ਼ਿਤ ਨਹੀਂ ਹੋਣਾ ਇਹਨੂੰ ਬਚਾ ਕੇ ਰੱਖਣਾ ਤਾਡੇ ਲਈ ਮੇਰੇ ਲਈ ਸਭ ਲਈ ਇਹ ਜ਼ਿੰਦਗੀ ਜੀਣ ਦੇ ਵਾਸਤੇ ਇਹ ਚੀਜ਼ਾਂ ਸਾਫ਼ ਹਵਾ ਸਾਫ਼ ਪਾਣੀ ਜਿਹੜਾ ਉਹ ਬਹੁਤ ਜ਼ਰੂਰੀ ਚਾਹੀਦਾ ਇਹ ਹੀ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਵਾਏ ਕੋ ਜਿੱਕਾ ਖਲਸਾ ਵਾਏ ਕੋ ਜਿੱਕੀ ਫਤ